ਪਵਨ ਪਵਿੱਤਰ ਉਪਦੇਸ਼ਾਂ ਦੀ ਬਖਸ਼ਿਸ਼ ਕਰਦੇ ਆ ਰਹੇ ਨੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਰਹੇ ਨੇ ਸਤਗੁਰਾਂ ਦਾ ਪਵਨ ਪਵਿੱਤਰ ਉਪਦੇਸ਼ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਪ੍ਰੇਮ ਦੇ ਨਾਲ ਆਪਣੀ ਰਸਨਾ ਤੋਂ ਉਚਾਰਨ ਕਰਕੇ ਆਪਣੀ ਰਚਨਾ ਦੇ ਅੰਦਰ ਗੁੰਧੜ ਕੀਤਾ ਜਿਹਦੀ ਅਸੀਂ ਲੜੀਵਾਰ ਵਿਚਾਰ ਪੜਦੇ ਸੁਣਦੇ ਆ ਰਹੇ ਭਾਈ ਗੁਰਦਾਸ ਸਾਹਿਬ ਜੀ ਬੜਬੜੇ ਸੁੰਦਰ ਪਰਮਾਨੰ ਦੇ ਕੇ ਸਮਝਾਉਂਦੇ ਨੇ ਕਿ ਸਤਿਗੁਰੂ ਨੂੰ ਕਿਵੇਂ ਪਾਉਣਾ ਹੈ ਸਤਿਗੁਰੂ ਕੋਲ ਕਿਵੇਂ ਆਉਣਾ ਹੈ ਕਿਵੇਂ ਧਿਆਉਣਾ ਹੈ ਅੱਜ ਦੇ ਮਜਬੂਨ ਅੰਦਰ ਭਾਈ ਗੁਰਦਾਸ ਸਾਹਿਬ ਅੱਜ ਦੀ ਵਿਚਾਰ ਦੇ ਦੁਆਰਾ ਸਾਡੇ ਤੇ ਬਖਸ਼ਿਸ਼ ਕਰਦੇ ਨੇ ਕਹਿੰਦੇ ਜੈਸੇ ਬਿਨ ਪਵਨ ਕਵਨ ਗੁਣ ਚੰਦਨ ਸੇ ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਹਵਾ ਨਾ ਨ ਚੱਲੇ ਹਵਾ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਚੰਦਨ ਦੇ ਵਿੱਚ ਸੁਗੰਧੀ ਹੈ ਬਹੁਤ ਜ਼ਿਆਦਾ ਹੈ ਪਰ ਉਹ ਦੂਜੇ ਦਰਖਤਾਂ ਤੱਕ ਜਾ ਕੇ ਉਹਨਾਂ ਨੂੰ ਸੁਗੰਧਤ ਨਹੀਂ ਕਰੇਗੀ ਦੂਰ ਦਰਾਡੇ ਤੱਕ ਨਹੀਂ ਫੈਲੇਗੀ ਜੇ ਹਵਾ ਨਾ ਹੋਵੇ ਭਾਈ ਗੁਰਦਾਸ ਸਾਹਿਬ ਕਹਿੰਦਿਆ ਬਿਨ ਮਲ ਅਗਰ ਪਵਨ ਕਤ ਬਾਸ ਹੈ ਨਾਲ ਹੀ ਕਹਿੰਦੇ ਜੇ ਚੰਦਨੀ ਨਾ ਹੋਵੇ ਤੇ ਹਵਾ ਕਿੱਥੋਂ ਵਾਸ਼ਨਾ ਲਿਆਵੇਗੀ ਸੁਗੰਧੀ ਲੈ ਆਵੇਗੀ ਕਿੱਥੋਂ ਸਾਰਿਆਂ ਨੂੰ ਚੰਦਨ ਬਣਾ ਦੇਵੇਗੀ ਚੰਦਨ ਹੋਵੇਗਾ ਤੀ ਸੁਗੰਧੀ ਫੈਲੇਗੀ ਔਰ ਪਵਨ ਦੇ ਸੈਤ ਹੋ ਕੇ ਮਿਲ ਕੇ ਤਾਂ ਹੀ ਸੰਸਾਰ ਦੇ ਅੰਦਰ ਉਹ ਸੁਗੰਧਤ ਸੁਗੰਧਤ ਕਰ ਦੇਵੇਗੀ ਭਾਈ ਗੁਰਦਾਸ ਸਹਿ ਕਹਿੰਦਿਆ ਸਤ ਗੁਰੂ ਗਿਆਨ ਦਾ ਮਹਾਂ ਸਾਗਰ ਨੇ ਸਤ ਗੁਰੂ ਦਾਤਾਂ ਦੀਆਂ ਬਖਸ਼ਿਸ਼ਾਂ ਦਾ ਮਹਾਂ ਸਮੁੰਦਰ ਨੇ ਐnde ਗੁਰੂ ਕੀ ਸੰਗਤ ਕੋਲ ਹੋਵੇਗੀ ਤੇ ਤਾਂ ਇਸ ਸੁਗੰਧੀ ਦਾ ਫੈਲਾਵ ਹੋਵੇਗਾ। ਅਗਰ ਸੰਗਤ ਨਹੀਂ ਸੰਗਤ ਤੋਂ ਬਗੈਰ ਸਤਿਗੁਰੂ ਨੇ ਸੰਗਤ ਨੇ ਉਪਦੇਸ਼ ਸੁਣਨਾ ਗੁਰੂ ਦੀ ਸੰਗਤ ਨੇ ਗੁਰੂ ਕੋਲਾ ਕੇ ਉਹਨੂੰ ਆਪਣੇ ਵਿੱਚ ਸਮੋ ਕੇ ਫਿਰ ਕੋਈ ਕਿਸੇ ਪਾਸਿਓਂ ਆਇਆ ਕੋਈ ਕਿਸੇ ਪਾਸਿਓਂ ਆਇਆ ਕੋਈ ਦੂਰੋਂ ਆਇਆ ਕੋਈ ਨੇੜਿਓਂ ਆਇਆ ਕੋਈ ਦੱਖਣ ਤੋਂ ਆਇਆ ਕੋਈ ਪੱਛਮ ਤੋਂ ਆਇਆ ਕੋਈ ਪੂਰਬ ਚ ਤੋਂ ਆਇਆ ਕੋਈ ਉੱਤਰ ਤੋਂ ਆਇਆ ਇਹ ਫਿਰ ਹਵਾ ਦੀ ਨੁਮਾ ਸਤਸੰਗੀ ਜਨ ਸਤਿਗੁਰੂ ਦੀ ਸੁਗੰਧ ਤਾ ਰੂਪ ਉਪਦੇਸ਼ ਜਿਹੜਾ ਹੈ ਉਹ ਫੈਲਾਉਂਦੇ ਨੇ ਕਈ ਵੇਰ ਸਤਿਗੁਰੂ ਨਹੀਂ ਉਥੇ ਤੇ ਕਾਈ ਵੀ ਤੁਸੀਂ ਵੀ ਸੁਣਦੇ ਹੋ ਮੈਂ ਵੀ ਸੁਣਦਾ ਉਹ ਕਹਣਗੇ ਜੀ ਸਤ ਸੰਗਤ ਹੈ ਕਹਿੰਦੇ ਜਿੱਥੇ ਜੇ ਸਤ ਗੁਰੂ ਹੀ ਨਹੀਂ ਤੇ ਉਹ ਕੱਲੀ ਹਵਾ ਜਿਵੇਂ ਚੰਦਨ ਵਿੱਚ ਹੈ ਹੀ ਨਹੀਂ ਤੇ ਕੱਲੀ ਹਵਾ ਸੁਗੰਧੀ ਕਿੱਥੋਂ ਲਿਆਵੇਗੀ ਭਾਈ ਸਤ ਗੁਰੂ ਹੀ ਨਹੀਂ ਤੇ ਦੱਸੋ ਸੰਗਤ ਉਪਦੇਸ਼ ਕਿਹੜਾ ਅੱਗੇ ਵਰਤਾਵੇਗੀ ਉਪਦੇਸ਼ ਗੁਰੂ ਕਾ ਪਵਨਤਾ ਗੁਰੂ ਕੀ ਹੈ ਗੁਰੂ ਨਾਲ ਜੁੜੇ ਤਾਂ ਹੀ ਜੀਵ ਈਸ਼ਵਰ ਹੋਵੇਗਾ ਗੁਰੂ ਤੋਂ ਬਗੈਰ ਨਹੀਂ ਸਰਗੁਣ ਤੇ ਨਿਰਗੁਣ ਦਾ ਮਿਲਾਪ ਹੋਣਾ ਹੈ ਸਰਗੁਣ ਦੇ ਨਾਲ ਨਿਰਗੁਣ ਦਾ ਉਪਦੇਸ਼ ਪਹੁੰਚਾਇਆ ਜਾਣਾ ਹੈ ਔਰ ਨਿਰਗੁਣ ਨਾਲ ਜੁੜ ਕੇ ਅਰ ਸਰਗੁਣ ਨੇ ਨਿਰਗੁਣ ਪਾਇਆ ਜਾਣਾ ਹੈ ਨਹੀਂ ਤਾਂ ਨਹੀਂ ਭਾਈ ਸਾਹਿਬ ਅਗਲੇ ਪਰਮਾਨ ਦੁਆਰਾ ਸਮਝਾਉਂਦੇ ਨੇ ਮੈਂ ਸੰਖੇਪ ਚ ਅਰਜ਼ ਕਰ ਰਿਹਾ ਹਾਂ ਭਾਈ ਸਾਹਿਬ ਕਹਿੰਦੇ ਜੈਸੇ ਬਿਨ ਬੈਦ ਅਬਖ ਦੁ ਗੁਨ ਗੋਪ ਹੋਤ ਭਾਈ ਗੁਰਦਾਸ ਸਾਹਿਬ ਕਹਿੰਦੇ ਵੈਦ ਨਾ ਹੋਵੇ ਵੈਦ ਤੇ ਦਵਾਈਆਂ ਬੜੀਆਂ ਹੋਣ ਜੜੀ ਬੂਟੀਆਂ ਬੜੀਆਂ ਹੋਣ ਆਪਣੇ ਖੇਤਾਂ ਚ ਜੰਗਲਾਂ ਚ ਆਲੇ ਉਦਾਲੇ ਜੜੀ ਬੂਟੀਆਂ ਹੈਗੀਆਂ ਐ ਨਾ ਭਾਵੇਂ ਆਪਣੇ ਘਰੇ ਹੋਣ ਆਪਾਂ ਨੂੰ ਉਹਦਾ ਕੀ ਪਤਾ ਹੁਣ ਹੈ ਤਾਂ ਮੌਜੂਦ ਕੋਈ ਵੈਦ ਆ ਜਾਵੇ ਕੋਈ ਜਾਣਕਾਰ ਆ ਜਾਵੇ ਉਹ ਕਹੇਗਾ ਬੱਲੇ ਬੱਲੇ ਬੱਲਿਆ ਤੂੰ ਤਾਂ ਘਰੇ ਹੀ ਬੜੀਆਂ ਜੜੀ ਬੂਟੀਆਂ ਲਾਈ ਬੈਠਾ ਕਿਉਂਕਿ ਉਹਨੂੰ ਉਹਦਾ ਗਿਆਨ ਨੇ ਉਹਦਾ ਪਤਾ ਹੈ ਉਹਦੀ ਕਦਰ ਉਦੋਂ ਪੈਣੀ ਹੈ ਜਦੋਂ ਵੈਦ ਨੇ ਕਹਿ ਦਿੱਤਾ ਵੈਦ ਨੇ ਕਹਿ ਦਿੱਤਾ ਤੇਰੇ ਘਰ ਵਿੱਚ ਇਹ ਬੂਟੀ ਹੈ ਤੇਰੇ ਘਰ ਵਿੱਚ ਹੈ ਇਹਦੀ ਸੰਭਾਲ ਕਰ ਬਾਈ ਸਾਹਿਬ ਕਹਿੰਦੇ ਔਖੋਦ ਬਿਨ ਵੈਦ ਰੋਗੇ ਨੰਗ ਰਸ ਹੈ ਔਖ ਦੀ ਹੈ ਹੀ ਨਹੀਂ ਡੜੀ ਬੂਟੀ ਹੈ ਹੀ ਕੋਈ ਨਹੀਂ ਕੱਲਾ ਵੈਦ ਕੀ ਕਰੇਗਾ ਕਿਵੇਂ ਉਹ ਰੋਗ ਦੂਰ ਕਰ ਦੇਵੇਗਾ ਇਸ ਕਰਕੇ ਮਹਾਰਾਜ ਕਹਿੰਦੇ ਸੰਸਾਰ ਰੋਗੀ ਸੰਸਾਰ ਨੂੰ ਰੋਗ ਲੱਗਾ ਹੋਇਆ ਹੈ ਔਰ ਮਹਾਰਾਜ ਸਾਹਿਬ ਕਹਿੰਦਿਆ ਨਾਮ ਧਾਰੂ ਰੋਗੀ ਸੰਸਾਰ ਤੇ ਸੰਸਾਰ ਕੋਲ ਰੋਗ ਏ ਨਾਮ दारू ਏ ਤੇ ਉਹ ਦਵਾਈ ਗੁਰੂ ਕੋਲੇ ਨਾਮ ਗੁਰੂ ਕੋਲੇ ਸਤ ਗੁਰੂ ਕੋਲੇ ਨਾਮ ਗੁਰੂ ਗ੍ਰੰਥ ਸਾਹਿਬ ਕੋਲ ਨਾਮ ਏ ਹੁਣ ਰੋਗੀ ਤੇ ਰੋਗ ਇਕੱਠੇ ਨੇ ਵੈਦ ਤੇ ਇਲਾਜ ਦਵਾਈ ਇਕੱਠੇ ਨੇ ਇਹਨੂੰ ਸਮਝਿਓ ਜੇ ਗੱਲ ਪਕੜ ਵਿੱਚ ਆਵੇ ਅਰ ਸੰਸਾਰ ਰੋਗੀ ਨਾਮ دارੂ ਸੰਸਾਰ ਕੁਲ ਰੋਗ ਨਿਰੰਕਾਰ ਕੁਲ ਨਾਮ ਤੇ ਮਹਾਰਾਜ ਕਹਿੰਦੇ ਬਈ ਜਿਹੜਾ ਅੰਦਰੂਨੀ ਬਹਿਰੂਨੀ ਰੋਗ ਲੱਗ ਗਏ ਨੇ ਮਨ ਮੈਲਾ ਹੋ ਗਿਆ ਹੈ ਮੈਲ ਲੱਗੇ ਸੱਚ ਬਿਨਾ ਸੱਚ ਤੋਂ ਬਗੈਰ ਮੈਲਾ ਹੈ ਤੇ ਮਹਾਰਾਜ ਕਹਿੰਦੇ ਮੈਲਾ ਕੀ ਏ ਮੈਲ ਕਿੱਥੇ ਲੱਗੀ ਆ ਸੱਚੇ ਪਾਤਸ਼ਾਹ ਬਾਣੀ ਅੰਦਰ ਬਚਨ ਕਰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੁਆ ਸਿਆਉ ਮਨ ਨੂੰ ਮੈਲ ਲੱਗੀ ਏ ਇਹਨੂੰ ਧੋਣਾ ਹੈ ਪਰ ਇਹ ਮਤ ਪਾਪਾਂ ਕੈ ਸੰਗ ਉਹਨੂੰ ਧੋਣਾ ਹੈ ਇਤੋ ਪੋ ਕਿਵੇਂ ਜਿਹੜਾ ਨਾਮ دارੂ ਉਹ ਨਾਮ ਗੁਰੂ ਕੋਲੇ ਉਹ ਤੋਪੈ ਨਾਵੇ ਕੈ ਰੰਗ ਨਾਮ ਨਾਲ ਤੁਪਣੀ ਗੁਰੂ ਤੋਂ ਨਾਮ ਪ੍ਰਾਪਤ ਕਰ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਮਨ ਧੋਣਾ ਮਤ ਨੂੰ ਧੋਣਾ ਅਰ ਜਪ ਮੰਨ ਸਤਨਾਮ ਸਦਾ ਸਤਨਾਮ ਮਨ ਦੀ ਮੈਲ ਉਤਰੇਗੀ ਅਗਰ ਮਨ ਨੂੰ ਮੈਲ ਲੱਗੀ ਨਹੀਂ ਨਾ ਉਤਾਰੀ ਫਿਰ ਪਾਤਸ਼ਾਹ ਬਾਣੀ ਅੰਦਰ ਕਹਿੰਦਿਆ ਮਨ ਮੈਲੇ ਸਭ ਕਿਛ ਮੈਲਾ ਮਨ ਮੁਲੀ ਨੇ ਮਨ ਨੂੰ ਮੈ ਲੱਗੇ ਮਹਾਰਾਜ ਕਹਿੰਦੇ ਤਨ ਜਿੰਨਾ ਮਰਜੀ ਧੋਈ ਜਾ ਤੇਰੇ ਵਿਚਾਰ ਕਦੇ ਨਹੀਂ ਬਦਲਦੇ ਜਿੰਨਾ ਮਰਜੀ ਤੀਰਥੀ ਨਾਏ ਜਾ ਤੇਰੇ ਖਿਆਲ ਕਦੇ ਨਹੀਂ ਸੁਧਰਦੇ ਤੇਰਾ ਆਦਰਸ਼ ਕਦੇ ਨਹੀਂ ਸੁਧਰਦਾ ਤਨ ਤੋਤੇ ਮਨ ਹੱਛਾ ਨਾ ਹੋਏ ਪਵਿੱਤਰ ਨਹੀਂ ਹੋਵੇਗਾ ਮਹਾਰਾਜ ਫਿਰ ਕਿਰਪਾ ਕਰੋ ਇਹ ਸਾਨੂੰ ਦੱਸੋ ਇਹ ਧੋਪੇਗਾ ਕਿਵੇਂ ਇਹਨੂੰ ਰੋਗ ਲੱਗ ਗਏ ਨੇ ਤੇ ਫਿਰ ਪਾਦਸ਼ਾਹ ਕਹਿੰਦਿਆ ਮੇਰਾ ਵੈਦ ਗੁਰੂ ਗੋਬਿੰਦਾ ਦਵਾਈ ਹੈ ਹੁਣ ਮੈਡੀਕਲ ਭਰਿਆ ਪਿਆ ਹੈ ਦਵਾਈਆਂ ਦੇ ਨਾਲ ਆਪਾਂ ਚਲੇ ਜਾਈਏ ਮੈਡੀਕਲ ਤੇ ਆਪਾਂ ਨੂੰ ਪਤਾ ਹੈ ਵੀ ਕਿਹੜੀ ਗੋਲੀ ਲੈਣੀ ਗੋਲੀਆਂ ਤਾਂ ਉੱਥੇ ਅਨੇਕਾਂ ਪਈਆਂ ਨੇ ਵੀ ਰੋਗ ਕੀ ਹੈ ਤੇ ਦਵਾਈ ਕਿਹੜੀ ਹੈ ਕਿਹੜੀ ਦਵਾਈ ਲੈਣੀ ਉਹ ਤਾਂ ਹੁਣ ਡਾਕਟਰ ਹੀ ਦੱਸੇਗਾ ਨਾ ਉਹ ਦੱਸੇਗਾ ਪੇਦਾ ਫਿਰ ਦਵਾਈ ਦਾ ਪਤਾ ਲੱਗ ਗਿਆ ਦੱਸਿਆ ਗਿਆ ਦਾ ਇਸਤੇਮਾਲ ਕਿਵੇਂ ਕਰਨਾ ਹੈ ਇਹਨੂੰ ਲੈਣਾ ਕਿਵੇਂ ਭਰੇਜ ਕੀ ਕਰਨਾ ਹੈ ਖਾਣੀ ਕਿਵੇਂ ਆ ਫਿਰ ਉਹ ਰੋਗ ਕੱਟਦੀ ਹੈ ਆਪਦੀ ਮਰਜ਼ੀ ਨਾਲ ਲਈ ਹੋਈ ਦਵਾਈ ਕਈ ਵਾਰ ਅਗਲਾ ਘਰ ਦਿਖਾ ਦਿੰਦੀ ਹੈ ਫਿਰ ਅਰ ਸਤਿਗੁਰੂ ਕਹਿੰਦੇ ਵੈਦ ਗੁਰੂ ਹੈ ਤੇ ਮਨਮਾਨੀ ਆਪਣੀ ਨਾ ਕਰ ਗੁਰੂ ਨੂੰ ਆ ਕੇ ਪੁੱਛ ਗੌਰ ਪੁੱਛ ਗੁਰੂ ਨੂੰ ਪੁੱਛ ਮਹਾਰਾਜ ਮੈਂ ਰੋਗਾਂ ਨਾਲ ਭਰਿਆ ਮਨ ਨੂੰ ਮੈਂ ਲੱਗੀ ਕਿਵੇਂ ਧਵਾ ਤੇ ਫਿਰ ਮਹਾਰਾਜ ਕਹਿੰਦੇ ਨੁਕਸਾ ਲਿਖ ਲੈ ਗੌਰ ਪੁੱਛ ਲਿਖ ਵਿਚਾਰ ਨਾਮ ਲਿਖ ਸਲਾਹਾ ਲਿਖ ਲਿਖ ਅੰਤ ਨਾ ਪਾਰਾ ਵਾਰ ਹਿਰਦੇ ਵਿੱਚ ਨਾਮ ਲੇਖੋ ਦੀ ਸਿਬਤ ਸਲਾਹਾ ਲਿਖ ਤੇ ਮਹਾਰਾਜ ਕਹਿੰਦੇ ਬਾਬਾ ਇਹੋ ਲੇਖਾ ਲਿਖ ਜਾਨ ਇਹ ਲੇਖਾ ਜਿਹੜਾ ਗੁਰੂ ਤੇਰਾ ਤੈਨੂੰ ਦੱਸੇ ਨਾ ਉਹ ਲੇਖਾ ਤੇ ਫਿਰ ਜਿੱਥੇ ਲੇਖਾ ਮੰਗਈਏ ਜਿੱਥੇ ਲੇਖਾ ਸੁਖਾ ਹੋਣਾ ਥਿੱਥੇ ਦਿਸੇ ਸਖਰਾ ਸੱਚ ਨਿਸਾ ਨੂੰ ਸੱਚਾ ਨਾਲ ਦਿਸੇਗਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੈ ਵੈਦ ਵੀ ਹੈ ਦਵਾਈ ਵੀ ਹੈ ਤੇ ਜਿਵੇਂ ماں ਬੱਚੇ ਦੇ ਮੂੰਹ ਵਿੱਚ ਦਵਾਈ ਪਾਉਂਦੀ ਨਾ ਉਹਦਾ ਇਲਾਜ ਕਰਨ ਵਾਸਤੇ ਤੇ ਸਾਡਾ ਗੁਰੂ ਨਾਮ ਦੀ ਔਸ਼ਦੀ ਦਵਾਈ ਮੋਖ ਚ ਦਿੰਦਾ ਹੈ ਕਿ ਜਪ ਮੂੰਹ ਦੇ ਨਾਲ ਜਪ ਤੇਰੇ ਮੋਖ ਵਿੱਚ ਨਾਮ ਹੋਵੇ ਤੇਰੇ ਮੋਖ ਵਿੱਚ ਗੁਰੂ ਦੀ ਸਿਫਤ ਸਲਾਹ ਹੋਵੇ ਅਰ ਉਹਦੇ ਨਾਲ ਭਲਾ ਹੋਵੇਗਾ ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਉਹ ਬੋਲ ਬੋਲ ਮੂੰਹ ਤੋਂ ਬੋਲ ਬੋਲਣ ਨਾਲ ਸੰਸਾਰ ਨਾਲ ਸੰਬੰਧ ਜੁੜਦਾ ਹੈ ਮੂੰਹ ਦੇ ਬੋਲ ਬੋਲਣ ਨਾਲ ਸੰਸਾਰ ਨਾਲ ਉਹ ਸੰਬੰਧ ਟੁੱਟਦੇ ਨੇ ਪਰਿਵਾਰਾਂ ਦੇ ਮਿੱਤਰਾਂ ਦੇ ਰਿਸ਼ਤੇਦਾਰਾਂ ਦੇ ਜੁੜਦੇ ਵੀ ਬੋਲ ਬੋਲਣ ਨਾਲੇ ਪ੍ਰੇਮ ਦੇ ਬੋਲ ਬੋਲੋ ਸਬੰਧ ਜੁੜ ਜਾਣਗੇ ਦੋਸਤਾਂ ਆਈਆਂ ਮਿੱਤਰਤਾਈਆਂ ਜੁੜ ਜਾਣਗੀਆਂ ਕੜਵਾਟ ਵਾਲੇ ਦੋ ਬੋਲ ਬੋਲੋਗੇ ਭਰਾ ਨਾਲ ਭਰਾ ਨਹੀਂ ਰਹਿੰਦਾ ਪੁੱਤਰ ਬਾਪ ਨਾਲ ਨਹੀਂ ਰਹਿੰਦਾ ਤੂੰ ਨੇੜੇ ਦੇ ਬਾਕੀ ਸਭ ਦੂਰ ਦੇ ਰਿਸ਼ਤੇ ਨੇ ਮੂੰਹ ਦੇ ਨਾਲ ਅੱਛੇ ਬੋਲ ਬੋਲੋਗੇ ਨਰੰਕਾਰ ਨਾਲ ਸਬੰਧ ਜੁੜਦੇ ਨੇ ਮੂੰਹ ਤੋਂ ਨਿੰਦਾ ਕਰੋਗੇ ਚੁਗਲੀ ਕਰੋਗੇ ਨਰੰਕਾਰ ਨਾਲੋਂ ਸਬੰਧ ਟੁੱਟਦੇ ਨੇ ਮਹਾਰਾਜ ਕਹਿੰਦੇ ਬਈ ਮੁਖ ਦੇ ਦੁਆਰਾ ਬੋਲ ਮੋਖੇ ਬੋਲਨ ਬੋਲੀਐ ਜਿਤ ਸੁਣ ਧਰੇ ਪਿਆਰ ਅਸੀਂ ਬੋਲੀਏ ਤੇ ਉਹ ਸੁਣੇ ਤੇ ਸੁਣ ਕੇ ਸਾਡੇ ਨਾਲ ਪਿਆਰ ਕਰੇ ਉਹ ਬੋਲ ਉਹਨਾਂ ਦੇ ਨਾਲ ਅਰ ਜਪ ਨਾਮ ਦੀ ਔਸ਼ਧੀ ਗੁਰੂ ਨੇ ਮੁਖ ਵਿੱਚ ਦੇ ਦਿੱਤੀ ਜਪ ਏਨੋ ਆਰਾਧ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇ ਵੈ ਤੇ ਜਿਹੜਾ ਮੁਖ ਵਿੱਚ ਦਵਾਈ ਰੱਖ ਲਵੇ ਤੈਨੂੰ ਸਮੇਂ ਤੇ ਕਿਦੇ ਆਸੇ ਪਾਸੇ ਵੇਖ ਕੇ ਬਾਹਰ ਕੱਢ ਦੇਵੇ ਉਹਦਾ ਰੋਗ ਨਹੀਂ ਕਟਿਆ ਜਾਂਦਾ ਗੁਸਤਾਖੀ ਮਾਫ਼ ਬਹੁਤ ਆਦ ਅੰਦਰ ਸਾਰੇ ਨਹੀਂ ਬਹੁਤ ਆਦ ਅੰਦਰ ਅਸੀਂ ਦਵਾਈ ਮੂੰਹ ਚ ਹੀ ਰੱਖੀ ਬੈਠੇ ਆ ਮੂੰਹ ਚ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਜਪ ਲਿਆ ਮੂੰਹ ਤੋਂ ਜਪ ਜੀ ਪੜ ਲਿਆ ਮੂੰਹ ਤੋਂ ਸੁਖਮਣੀ ਸੇ ਪੜ ਲਿਆ ਮੂੰਹ ਚ ਹੀ ਰੱਖੀ ਬੈਠੇ ਨੂੰ ਅੰਦਰ ਨਹੀਂ ਉਤਾਰਿਆ ਜੀਵਨ ਚ ਨਹੀਂ ਉਤਾਰਿਆ ਨਦਰਾਂ ਚ ਨਹੀਂ ਉਤਾਰਿਆ ਹਿਰਦੇ ਚ ਨਹੀਂ ਉਤਾਰਿਆ ਅੰਦਰੋਂ ਰੋਗ ਦੀਆਂ ਜੜਾਂ ਤਾਂ ਹੀ ਨਹੀਂ ਪਟੀਆਂ ਗਈਆਂ ਜਿਹੜੀ ਦਵਾਈ ਅੰਦਰ ਉਤਰ ਗਈ ਉਹ ਆਪਣਾ ਕੰਮ ਕਰੇਗੀ ਕਰੇਗੀ ਉਹ ਨਰੋਗੀ ਜੀਵਨ ਦੇਵੇਗੀ ਦੇਵੇਗੀ ਹਰ ਹਰ ਨਾਮ ਔਖਦ ਮੁਖ ਦੇਵੇ ਜਿਹਦੇ ਅੰਦਰ ਉਤਰ ਗਈ ਨਾ ਦਵਾਈ ਨਾਮ ਦੀ ਤੇ ਮਹਾਰਾਜ ਕਹਿੰਦੇ ਕਾਟੇ ਜਮ ਕੀ ਫੰਦਾ ਜਮਾਂ ਦੀ ਫਾਈ ਵੀ ਤੇਰੇ ਨੇੜੇ ਨਹੀਂ ਆਵੇਗੀ ਉਹ ਵੀ ਤੇਰੀਆਂ ਫਾਈਆਂ ਗੁਰੂ ਕੱਟ ਦੇਵੇਗਾ ਭਾਈ ਗੁਰਦਾਸ ਸਾਹਿਬ ਕਹਿੰਦਿਆ ਔਖ ਦੀ ਤੋਂ ਬਗੈਰ ਵੈਦ ਦਾ ਕੋਈ ਮਤਲਬ ਨਹੀਂ ਤੇ ਵੈਦ ਤੋਂ ਬਿਨਾ ਔਸ਼ਧੀ ਕਿਸੇ ਕੰਮ ਦੀ ਨਹੀਂ ਔਸ਼ਧੀ ਚੰਗੀ ਹੋਵੇ ਜੜੀ ਬੂਟੀਆਂ ਦਵਾਈ ਚੰਗੀ ਹੋਵੇ ਕਾਬਲੇ ਤਾਰੀਫ ਵੈਦ ਹੋਵੇ ਉਹ ਦਵਾਈ ਢੰਗ ਨਾਲ ਦੇਵੇ ਉਹ ਦੱਸੇਗਾ ਇਸ ਨੂੰ ਦਵਾਈ ਕਿੰਨੀ ਦੇਣੀ ਹੈ ਇਹਨੂੰ ਕਿੰਨੀ ਦੇਣੀ ਕਿਸ ਤਰ੍ਹਾਂ ਇਹਦਾ ਇਸਤੇਮਾਲ ਕਰਨਾ ਪਰਹੇਜ਼ ਕੀਏ ਤੇ ਰੋਗ ਕਟਿਆ ਜਾਵੇਗਾ ਤੇਰੇ ਅੰਦਰ ਉਹ ਹਉਮੈ ਰੋਗ ਤੇਰੇ ਅੰਦਰੋਂ ਈਰਖਾ ਕ੍ਰੋਧ ਗਰੋਧ ਜਲੰਸੀ ਤਾਂ ਨਹੀਂ ਕੱਟੇ ਗਏ ਅਜੇ ਤੂੰ ਦਵਾਈ ਦਾ ਸਹੀ ਇਸਤੇਮਾਲ ਨਹੀਂ ਕੀਤਾ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਇਹ ਤੀਜਾ ਪਰਮਾਨ ਦੇੰਦੇ ਜੈਸੇ ਬੈਨੰਬੋਇਥ ਨਾ ਪਾਰ ਪਰੈ ਖੇਵਟਸੈ ਭਈ ਗੁਰਦਾਸ ਸਾਹਿਬ ਕਹਿੰਦੇ ਮਲਾਹ ਬੜਾ ਸਿਆਣਾ ਮਲਾਹ ਤੇ ਮਲਾਹ ਸਿਆਣਾ ਬੜਾ ਪਰ ਉਹਦੇ ਕੋਲ ਕਿਸ਼ਤੀ ਹੈ ਹੀ ਨਹੀਂ